ਵੇਖ ਲੋ ਬੱਕਰੀਆਂ ਰੂਲ ਨੀ ਫੋਲੋ ਕਰਦੀਆਂ ਇਨਿੰਗ ਦਾ ਹੈਗਾ ਹੀ ਆ ਜੀ ਅੱਛਾ ਟਰੰਕ ਪਸੰਦ ਆਏ ਕਿ ਨਹੀਂ ਤੁਹਾਨੂੰ ਰੰਗਾ ਬਹੁਤ ਵਧੀਆ ਬਿਲਕੁਲ ਜਿਹੜੀ ਮੇਨ ਰੋਡ ਹੈ ਰੋਪੜ ਲੁਧਿਆਣਾ ਵਾਲੀ ਅੱਗੇ ਸਾਹਮਣੇ ਤੁਹਾਨੂੰ ਗੇਟ ਦਿਖਣ ਲੱਗ ਪਿਆ ਤੇ ਨਾਲ ਹੀ ਨਹਿਰ ਹੈ ਇਥੋਂ ਹੁਣ ਅਸੀਂ ਖੱਬੇ ਮੁੜ ਜਾਣਾ ਹੈ ਆਪਣੀ ਜਿਹੜੀ ਅਗਲੀ ਡੈਸਟੀਨੇਸ਼ਨ ਹੈ ਉਹ ਹੈ ਪਵਾਤ ਹਾਂਜੀ ਸਤਿ ਸ੍ਰੀ ਅਕਾਲ ਜੀ ਲਵਾਏ ਆ ਜੀ ਲਵਾਏ ਆ ਹਾਂਜੀ ਲਵਾਏ ਹੋਏ ਨੇ ਫੇਰ ਆਪਾਂ ਇੱਕ ਵਾਰੀ ਮੇਨ ਰੋਡ ਤੋਂ ਸੱਜੇ ਮੁੜ ਜਾਣਾ ਆ ਬੋਰਡ ਲੱਗਾ ਜੀ ਗੁਰੂ ਗੋਬਿੰਦ ਸਿੰਘ ਮਾਰਗ ਗੁਰਦੁਆਰਾ ਸ੍ਰੀ ਕੰਘਾ ਸਾਹਿਬ ਤੇ ਗੁਰਦੁਆਰਾ ਚਰਨ ਕਮਲ ਸਾਹਿਬ ਮਾਛੀਵਾੜਾ ਪਵਾਤ ਪਵਾਤ ਜਾਣਾ ਹੁਣ ਅਸੀਂ ਯੂਟਿਊਬ ਤੇ ਆਉਂਦੇ ਹੁਣ ਫੇਸਬੁੱਕ ਤੇ ਨੀ ਆਉਂਦੇ ਹੁਣ ਮਾਛੀਵਾੜਾ ਸਾਹਿਬ ਸੰਗਤ ਜੀ ਬਹੁਤ ਦੂਰ ਨੀ ਰਹਿ ਗਿਆ ਇਹ ਸੜਕ ਮਾਛੀਵਾੜਾ ਸਾਹਿਬ ਵੱਲ ਨੂੰ ਚਲੀ ਗਈ ਸੀ ਸਹਿਜੋ ਮਾਜਰਾ ਦੇ ਵਿੱਚੋਂ ਦੀ ਪਰ ਆਪਾਂ ਚੱਲੇ ਪਹਿਲਾਂ ਪਵਾਤ ਇੱਥੇ ਗੁਰਦੁਆਰਾ ਕੰਘਾ ਸਾਹਿਬ ਲਿਖਿਆ ਹੈ ਪਵਾਤ ਦਾ ਬੋਰਡ ਆ ਗਿਆ ਜੀ ਕਲਗੀਧਰ ਪਿਤਾ ਜੀ ਨੇ ਬਖਸ਼ਿਸ਼ ਮਿਹਰ ਕੀਤੀ ਸੀ ਆਨੰਦਪੁਰ ਸਾਹਿਬ ਤੋਂ ਤੋਰਿਆ ਹੌਲੀ ਹੌਲੀ ਆਪਾਂ ਨੂੰ ਮਹਾਰਾਜ ਮਾਛੀਵਾੜਾ ਸਾਹਿਬ ਦੇ ਲਾਗੇ ਲਈ ਆ ਰਹੇ ਹਨ ਸੰਗਤ ਜੀ ਇੱਕ ਫੇਜ਼ ਸੀਗਾ ਪਰਿਵਾਰ ਵਿਛੋੜਾ ਸਾਹਿਬ ਤੱਕ ਜਿੱਥੇ ਪਰਿਵਾਰ ਵਿਛੜਦਾ ਹੈ ਦੂਜਾ ਯਾਤਰਾ ਦਾ ਫੇਜ਼ ਕਲਗੀਧਰ ਜੀ ਦਾ ਸੀ ਪਰਿਵਾਰ ਵਿਛੋੜਾ ਸਾਹਿਬ ਤੋਂ ਚਮਕੌਰ ਸਾਹਿਬ ਤਕਰੀਬਨ 40 ਸਿੰਘ ਨਾਲ ਹਨ ਤੇ ਤੀਜਾ ਇੱਕ ਬਹੁਤ ਇੰਪੋਰਟੈਂਟ ਫੇਜ਼ ਸੀ ਚਮਕੌਰ ਸਾਹਿਬ ਤੋਂ ਮਾਛੀਵਾੜਾ ਸਾਹਿਬ ਜਿੱਥੇ ਕਲਗੀਧਰ ਇਕੱਲੇ ਹਨ ਤੀਰ ਕਮਾਨ ਹੈ ਤੀਰ ਹਨ ਪੱਥੇ ਦੇ ਵਿੱਚ ਤੇ ਕਲਗੀਧਰ ਜੀ ਦੇ ਕੋਲ ਇੱਕ ਕਿਰਪਾਨ ਹੈ ਔਰ ਆਹ ਵੇਖੋ ਹੁਣ ਵੀ ਪੱਕੀਆਂ ਸੜਕਾਂ ਦੇ ਵਿੱਚ ਵੀ ਸੰਘਣੇ ਦਰਖਤ ਕਿੱਦਾਂ ਨਾ ਜੰਗਲ ਰੂਪ ਧਾਰਨ ਕਰ ਜਾਂਦੇ ਝੱਟ ਤੇ ਉਦੋਂ ਤਾਂ ਹੈ ਹੀ ਬਿਲਕੁਲ ਜੰਗਲ ਸੀਗਾ ਤੇ ਇਹ ਜੰਗਲ ਸੰਘਣਾ ਵੀ ਹੈ ਕਿਉਂ ਕਿਉਂਕਿ ਦਰਿਆ ਦਾ ਕੰਢਾ ਹੈ ਸੰਗਤ ਜੀ ਸਤਲੁਜ ਦਰਿਆ ਦੂਰ ਨਹੀਂ ਹੈ ਉਹਦੇ ਕੰਢੇ ਤੇ ਔਰ ਉਹ ਕੰਢੇ ਖਬੋ ਖਬੋ ਕੇ ਇੱਥੇ ਤੱਕ ਪਹੁੰਚੇ ਹਨ ਇਹ ਕੰਢੇ ਕਿਹਦੇ ਲਈ ਖਬੋਏ ਸਨ ਸਾਡੇ ਲਈ ਖਬੋਏ ਸਨ ਤੇ ਅਸੀਂ ਇਹ ਕਿਰਤ ਕਣ ਹੋ ਗਏ ਸਾਨੂੰ ਆਪਣੇ ਧੀਆਂ ਪੁੱਤਰਾਂ ਦੇ ਪਰਿਵਾਰ ਦੇ ਕੰਢਾ ਵੱਜਿਆ ਤੇ ਦਿਖਦਾ ਹੈ ਪਰ ਕਲਗੀਧਰ ਦੇ ਕੰਢੇ ਹੁਣ ਸਾਨੂੰ ਨਹੀਂ ਦਿਖਦੇ ਸਾਨੂੰ ਆਪਣੇ ਦੁੱਖ ਤੇ ਦਿਖਦੇ ਹਨ ਪਰ ਕਲਗੀਧਰ ਜੀ ਦੇ ਦੁੱਖ ਨਹੀਂ ਦਿਖਦੇ ਸਾਨੂੰ ਇਹ ਤੇ ਪਤਾ ਕਿ ਸਾਡਾ ਬੱਚਾ ਬਾਹਰ ਚਲ ਜਾਣਾ ਚਾਹੀਦਾ ਅਫਸਰ ਬਣ ਜਾਣਾ ਚਾਹੀਦਾ ਪਰ ਇਹ ਨਹੀਂ ਪਤਾ ਲੱਗਦਾ ਕਿ ਪੁੱਤਰ ਤਾਂ ਕਲਗੀਧਰ ਦੇ ਬੜੇ ਸੋਹਣੇ ਸੀਗੇ ਫਿਰ ਵੇਖੋ ਸਾਰੇ ਦੇ ਸਾਰੇ ਹੀ ਵਾਰ ਦਿੱਤੇ ਇਹ ਗੁਰਦੁਆਰਾ ਸਾਹਿਬ ਬਣਿਆ ਜੀ ਗੁਰਦੁਆਰਾ ਕੰਘਾ ਸਾਹਿਬ ਪਵਾਤ ਦਰਸ਼ਨ ਹੋ ਰਹੇ ਹੈ ਜੀ ਪਵਾਤ ਪਿੰਡ ਵਿੱਚ ਗੁਰਦੁਆਰਾ ਕੰਘਾ ਸਾਹਿਬ ਇਤਿਹਾਸ ਲਿਖਿਆ ਹੈ ਕਿ ਕਲਗੀਧਰ ਪਿਤਾ ਜੀ ਝਾੜ ਸਾਹਿਬ ਤੋਂ ਜਦੋਂ ਮਾਛੀਵਾੜਾ ਸਾਹਿਬ ਨੂੰ ਜਾ ਰਹੇ ਸਨ ਰਸਤੇ ਦੇ ਵਿੱਚ ਇੱਥੇ ਇੱਕ ਮੁਸਲਮਾਨ ਫਕੀਰ ਸੀ ਜਿਸ ਦੇ ਕੋਲ ਥੋੜ੍ਹਾ ਚਿਰ ਰੁਕੇ ਹਨ ਤਾਂ ਇੱਥੇ ਹੀ ਗੁਰੂ ਸਾਹਿਬ ਜੀ ਨੇ ਕੰਘਾ ਕੀਤਾ ਹੈ ਫਕੀਰ ਜੀ ਦਾ ਵੀ ਇੱਕ ਸਥਾਨ ਨਾਲ ਹੀ ਗੁਰਦੁਆਰਾ ਸਾਹਿਬ ਦੇ ਬਣਿਆ ਹੋਇਆ ਹੈ ਇੱਥੇ ਬਜ਼ੁਰਗਾਂ ਨੇ ਦੱਸਿਆ ਕਿ ਇੱਥੇ ਪਹਿਲਾਂ ਇੱਕ ਛੋਟਾ ਜਿਹਾ ਸਥਾਨ ਹੁੰਦਾ ਸੀਗਾ ਅਤੇ 20-25 ਸਾਲ ਪਹਿਲਾਂ ਇਹ ਜਿਹੜੀ ਵੱਡੀ ਇਮਾਰਤ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲਿਆਂ ਵੱਲੋਂ ਸ਼ੁਰੂ ਕੀਤੀ ਗਈ ਇੱਥੇ ਇੱਕ ਖੂਹ ਵੀ ਹੈ ਪਾਣੀ ਤਾਂ ਬਹੁਤ ਉੱਚਾ ਹੈ ਉੱਤੇ ਤਾਂ ਵੱਡੀ ਇੱਟ ਲੱਗੀ ਹੈ ਥੱਲੇ ਜਿਹੜੀ ਹੈ 5-6 ਫੁੱਟ ਤੋਂ ਥੱਲੇ ਜਿਹੜੀ ਛੋਟੀ ਇੱਟ ਸ਼ੁਰੂ ਹੋ ਜਾਂਦੀ ਹੈ ਭਾਈ ਸਾਹਿਬ ਦੱਸ ਰਹੇ ਹਨ ਕਿ ਇੱਥੇ ਹੀ ਕਲਗੀਧਰ ਪਿਤਾ ਜੀ ਨੇ ਇੱਥੋਂ ਜਲ ਵੀ ਛਕਿਆ ਸੀ ਪਵਾਤ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਕੇ ਹੁਣ ਆਪਾਂ ਅੱਗੇ ਸਹਿਜੋ ਮਾਜਰਾ ਚੱਲਦੇ ਹਾਂ ਹਾਂ ਆਲੂ ਬੀਜਿਆ ਲੱਗਦਾ ਇੱਥੋਂ ਨਾ ਖੱਬੇ ਹੱਥ ਥਾਂ ਉੱਚੀ ਹੈ ਇੱਧਰ ਜ਼ਮੀਨਾਂ ਨੀਵੀਆਂ ਹੁੰਦੀਆਂ ਜਾਂਦੀਆਂ ਹਨ ਦਰਿਆ ਦਾ ਨੇੜਾ ਹੋਣ ਕਰਕੇ ਇਹ ਸਾਰੇ ਮੇਰੇ ਹਿਸਾਬ ਨਾਲ ਇਲਾਕੇ ਉਹ ਹੋਣਗੇ ਜਿੱਥੇ ਦਰਿਆ ਦਾ ਪਾਣੀ ਮਾਰ ਕਰਦਾ ਸੀ ਵੈਸੇ ਪਿੱਛੇ ਬਹਿਲੋਲਪੁਰ ਅਸੀਂ ਪੜ੍ਹਿਆ ਸੀਗਾ ਕਿ ਦਰਿਆ ਕਦੀ ਉਹਦੇ ਨਾਲ ਵਗਦਾ ਹੁੰਦਾ ਸੀਗਾ ਅਤੇ ਮਾਛੀਵਾੜਾ ਵੀ ਜਿਹੜਾ ਸੀਗਾ ਇਹ ਵੀ ਇੱਕ ਪੱਤਣ ਸੀਗਾ ਬਹੁਤ ਮਸ਼ਹੂਰ ਉਸ ਟਾਈਮ 'ਤੇ ਵੇਖ ਲਓ ਬੱਕਰੀਆਂ ਰੂਲ ਨਹੀਂ ਫੋਲੋ ਕਰਦੀਆਂ ਕੀਪ ਲੈਫਟ ਅਨਲੈਸ ਓਵਰਟੇਕਿੰਗ ਪਰ ਸੱਚ ਬੱਕਰੀਆਂ ਓਵਰਟੇਕ ਕਰ ਰਹੀਆਂ ਸੀ ਇੱਕ ਦੂਜੇ ਨੂੰ ਸੋ ਉਹਨਾਂ ਦਾ ਬਣਦਾ ਸੀਗਾ ਇਹ ਗੁਰੂ ਗੋਬਿੰਦ ਸਿੰਘ ਮਾਰਗ ਦਾ ਬੋਰਡ ਸਾਹਮਣੇ ਹੈ ਮਾਛੀਵਾੜਾ ਸਾਹਿਬ ਤੋਂ ਪਹਿਲਾਂ ਜਿਹੜਾ ਇੱਕ ਪਿੰਡ ਆ ਜਿਹੜਾ ਜੀ ਸਹਿਜੋ ਮਾਜਰਾ ਆਹ ਨਵੇਂ ਜ਼ਮਾਨੇ ਦੀ ਕੋਠੀ ਵੇਖੋ ਆਹ ਪੁਰਾਣੇ ਜ਼ਮਾਨੇ ਦੀ ਕੋਠੀ 1962 ਦੇ ਵਿੱਚ ਇਹਦੀ ਵੀ ਆਪਣਾ ਟੌਰ ਹੀ ਕਿਸੇ ਟਾਈਮ ਦੇ ਉੱਤੇ ਵਾਹਿਗੁਰੂ ਜੀ ਪੁੱਛਣਾ ਸੀਗਾ ਕਿ ਸਹਿਜੋ ਮਾਜਰਾ 'ਚ ਇਤਿਹਾਸਕ ਸਥਾਨ ਵੀ ਹੈਗਾ ਕਲਗੀਧਰ ਜੀ ਦਾ ਕੋਈ ਕਿ ਨਹੀਂ ਹੈਗਾ ਅਤੇ ਸਹਿਜੋ ਮਾਜਰਾ ਤੋਂ ਹੁਣ ਅਸੀਂ ਮਾਛੀਵਾੜਾ ਸਾਹਿਬ ਵੱਲ ਚੱਲੇ ਹਾਂ ਭਾਵੇਂ ਕਿ ਦੁਪਹਿਰ ਦੇ 12 ਵਜੇ ਚੱਲੇ ਹਨ ਸੰਗਤ ਜੀ ਹਵਾ ਵਗ ਰਹੀ ਹੈ ਅਤੇ ਮੌਸਮ ਵਧੀਆ ਹੈ ਖਲੋਤਿਆਂ ਥੋੜ੍ਹੀ ਜਿਹੀ ਧੁੱਪ ਲੱਗਦੀ ਹੈ ਚੱਲਦਿਆਂ ਧੁੱਪ ਨਹੀਂ ਤੰਗ ਕਰਦੀ ਬਿਲਕੁਲ ਵਧੀਆ ਅੱਜ ਭਾਵੇਂ ਇੱਥੇ ਇੱਕ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੈ ਪਰ ਉਸ ਵੇਲੇ ਗੁਲਾਬੇ ਦਾ ਪੰਜਾਬੇ ਦਾ ਬਾਗ ਸੀਗਾ
ਕਲਗੀਧਰ ਪਿਤਾ ਹਨੇਰੇ 'ਚ ਆਏ ਹਨ। ਆਣ ਕੇ ਇੱਥੇ ਖੂਹ ਹੈ ਜਿਹੜਾ ਇੱਕ, ਉਹ ਖੂਹ ਦੇ ਨਾਂ ਵਿੱਚੋਂ ਪੰਜ ਇਸ਼ਨਾਨਾ ਕੀਤਾ ਤਾਂ ਫਿਰ ਉੱਥੋਂ ਇੱਕ ਟਿੰਡ ਲਈ। ਟਿੰਡ ਹੁੰਦੀ ਹੈ ਜਿਹੜੀ ਖੂਹ 'ਚੋਂ ਪਾਣੀ ਕੱਢਣ ਵਾਸਤੇ ਇੱਕ ਬਕਟ ਜੀ ਹੁੰਦੀ ਹੈ, ਉਸ ਨੂੰ ਲੈ ਕੇ ਆਪਣੇ ਸਿਰ ਥੱਲੇ ਰੱਖ ਕੇ ਤਾਂ ਕਲਗੀਧਰ ਜੀ ਲੰਮੇ ਪੈ ਗਏ। ਹੁਣ ਖੂਹ ਹੈ, ਖੂਹ ਤੋਂ ਪੰਜ ਇਸ਼ਨਾਨਾ ਕਰਕੇ ਥੋੜ੍ਹੀ ਦੂਰ ਜੰਡ ਦੇ ਥੱਲੇ ਲੰਮੇ ਪਏ ਹਨ। ਵੇਖੋ, ਜੰਡ ਦੇ ਨਾਲ ਕਲਗੀਧਰ ਜੀ ਦਾ ਖਾਸ ਰਿਸ਼ਤਾ। ਹੁਣ ਚਮਕੌਰ ਸਾਹਿਬ ਤੋਂ ਇੱਥੇ ਪਹੁੰਚਣ ਤੱਕ ਦੀ ਯਾਤਰਾ ਕਲਗੀਧਰ ਪਿਤਾ ਜੀ ਨੇ ਇਕੱਲਿਆਂ ਨੇ ਕੀਤੀ ਹੈ। ਪਹਿਲਾਂ ਸਭ ਤੋਂ ਜਦੋਂ ਰੁਕਦੇ ਹਨ ਉਦੋਂ ਵੀ ਜੰਡ ਦੇ ਥੱਲੇ ਰੁਕੇ ਹਨ, ਅਤੇ ਸਭ ਤੋਂ ਅਖੀਰਲਾ ਜਿਹੜਾ ਇਹ ਪੜਾਅ ਹੈ ਇਕੱਲਿਆਂ ਦਾ, ਅਤੇ ਜਿੱਥੇ ਆ ਕੇ ਰੁਕੇ ਹਨ ਉੱਥੇ ਵੀ ਜੰਡ ਹੈ। ਹੁਣ ਫੋਟੋ ਆਪ ਜੀ ਦੇ ਜਿਹਨ 'ਚ ਵਸੀ ਹੋਏਗੀ। ਖੱਬੇ ਪਾਸੇ 'ਤੇ ਲੰਮੇ ਪਏ ਹਨ, ਕਮਾਨ ਹੈ ਗੁਰੂ ਸਾਹਿਬ ਕੋਲ, ਕੁਛ ਤੀਰ ਹਨ, ਸੱਜੇ ਹੱਥ ਦੇ ਵਿੱਚ ਕਿਰਪਾਨ ਫੜੀ ਹੋਈ ਹੈ। ਸੋ ਜਦੋਂ ਕਲਗੀਧਰ ਜੀ ਲੰਮੇ ਪਏ ਹਨ, ਅਗਲੇ ਪਾਸੇ ਕਿਰਪਾਨ ਹੈ। ਔਰ ਭਾਈ ਵੀਰ ਸਿੰਘ ਜੀ ਲਿਖਦੇ ਹਨ ਕਿ ਗੁਲ ਸਤਰਾਣ ਜਾਂ ਅੰਗੁਲ ਸਤਰਾਣ ਜਿਸ ਨੂੰ ਕਹਿੰਦੇ ਹਨ, ਜਿਹੜਾ ਪਾਇਆ ਜਾਂਦਾ ਹੈ ਹੱਥ ਦੇ ਉੱਤੇ ਤੀਰ ਚਲਾਉਣ ਵਾਸਤੇ, ਕਲਗੀਧਰ ਜੀ ਨੇ ਉਹ ਨਹੀਂ ਸੀ ਉਤਾਰਿਆ। ਸੋ ਇੱਕ ਯੋਧੇ ਦੀ ਨੀਂਦ ਸੌਂ ਰਹੇ ਹਨ, ਕਿਉਂਕਿ ਕਿਸੇ ਵੀ ਵੇਲੇ ਸ਼ਸਤਰ ਦੀ ਲੋੜ ਪੈ ਸਕਦੀ ਹੈ, ਕਿਸੇ ਵੀ ਵੇਲੇ ਹਮਲਾ ਹੋ ਸਕਦਾ ਹੈ। ਉਸ ਵੇਲੇ ਉਹਨਾਂ ਦੀ ਆਤਮਿਕ ਅਵਸਥਾ ਦੇਖੋ। ਕਹਿ ਰਹੇ ਹਨ, ਖਿਆਲ ਪਾਤਸ਼ਾਹੀ ਦਸਵੀਂ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜ਼ਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸਰਾਹੀ ਖੰਜਰ ਪਿਆਲਾ, ਵਿੰਗ ਕਸਾਈਆਂ ਦਾ ਸਹਿਣਾ, ਜਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ, ਦੁੱਖ ਵੇਲੇ ਪਰਮੇਸ਼ਰ ਨੂੰ ਉਲਾਮਾ ਦੇਣਾ ਮਨਮੁੱਖਾਂ ਦਾ ਕੰਮ ਹੈ, ਗੁਰਮੁਖਾਂ ਦਾ ਕੰਮ ਹੈ, ਖਿੜੇ ਮੱਥੇ ਉਸ ਨੂੰ ਝੱਲਣਾ, ਉਹਦੇ ਭਾਣੇ ਵਿੱਚ ਉਹਦੀ ਰਜ਼ਾ ਵਿੱਚ ਰਾਜ਼ੀ ਰਹਿਣਾ, ਇਹ ਕਲਗੀਧਰ ਜੀ ਨੇ ਸਾਨੂੰ ਸਿਖਾਇਆ ਹੈ। ਹੁਣ ਕਲਗੀਧਰ ਪਿਤਾ ਜੀ ਤਾਂ ਸੌ ਰਹੇ ਹਨ। ਗੁਲਾਬੇ ਪੰਜਾਬੇ ਦਾ ਇੱਕ ਨੌਕਰ ਸਵੇਰੇ ਆਇਆ ਹੈ, ਇਸ ਨੂਰਾਨੀ ਚਿਹਰੇ ਦੇ ਦਰਸ਼ਨ ਕਰਕੇ ਘਰੇ ਭੱਜਾ ਗਿਆ ਹੈ। ਜਾ ਕੇ ਦੱਸਦਾ ਹੈ, ਕੋਈ ਅਲਾਹੀ ਨੂਰ ਆਣ ਕੇ ਸਾਡੇ ਬਾਗ ਨੂੰ ਭਾਗ ਲਾ ਰਿਹਾ ਹੈ। ਸੰਗਤ ਜੀ, ਜਿਹੜੇ ਤਿੰਨ ਸਿੰਘ ਗੁਰੂ ਸਾਹਿਬ ਜੀ ਦੇ ਨਾਲ ਨਿਕਲੇ ਸਨ, ਪਿਆਰੇ ਭਾਈ ਦਇਆ ਸਿੰਘ ਜੀ, ਧਰਮ ਸਿੰਘ ਜੀ ਅਤੇ ਭਾਈ ਮਾਨ ਸਿੰਘ ਜੀ, ਉਹ ਵੀ ਕਲਗੀਧਰ ਜੀ ਨੂੰ ਲੱਭਦੇ ਲੰਬਾਉਂਦੇ ਤਾਰਿਆਂ ਦੀ ਦਿਸ਼ਾ ਵਿੱਚ ਇੱਥੇ ਪਹੁੰਚ ਗਏ ਹਨ। ਅਸੀਂ ਜੋ ਛੋਟੇ ਹੁੰਦੇ ਸੀ ਨਾ, ਤਾਂ ਉਦੋਂ ਸਾਡੇ ਬਜ਼ੁਰਗ ਦਾਦਾ ਦਾਦੀ ਜੀ ਤਾਰੇ ਵੇਖ ਕੇ ਸਮਾਂ ਦੱਸ ਦਿੰਦੇ ਸਨ, ਇਹ ਪਹਿਲਾਂ ਇੱਦਾਂ ਹੀ ਚੱਲਦਾ ਸੀ। ਜਦੋਂ ਕਿਸੇ ਵੀ ਸਕਿੱਲ ਨੂੰ ਯੂਜ਼ ਨਾ ਕਰੀਏ ਤਾਂ ਸਕਿੱਲ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ। ਹੁਣ ਸਾਨੂੰ ਪਤਾ ਨਹੀਂ ਲੱਗਣਾ ਰਾਤ ਨੂੰ ਤਾਰੇ ਵੇਖ ਕੇ, ਪਰ ਉਹ ਬਜ਼ੁਰਗ ਤਾਰੇ ਵੇਖ ਕੇ ਦੱਸ ਦਿੰਦੇ ਸਨ। ਉਹ ਪਿਆਰੇ ਗੁਰੂ ਸਾਹਿਬ ਜੀ ਨੂੰ ਲੱਭਦੇ ਹੋਏ ਮਾਛੀਵਾੜਾ ਸਾਹਿਬ, ਜਿਹੜਾ ਕਿ 27-28 ਕਿਲੋਮੀਟਰ ਹੈ ਚਮਕੌਰ ਸਾਹਿਬ ਤੋਂ, ਪਰ ਜਦੋਂ ਕਲਗੀਧਰ ਜੀ ਆਏ ਸਨ ਉਹ ਰਸਤਾ ਜਿਹੜਾ 40 ਕਿਲੋਮੀਟਰ ਤੋਂ ਵੱਧ ਪੈਂਦਾ ਹੈ, ਕਿਉਂਕਿ ਸਿੱਧਾ ਰਸਤਾ ਨਹੀਂ ਸੀ। ਹੁਣ ਇਹ ਗੁਲਾਬਾ ਵੀ ਇੱਥੇ ਆਉਂਦਾ ਹੈ ਆਪਣੇ ਹੋਰ ਨੌਕਰਾਂ ਦੇ ਨਾਲ, ਤਾਂ ਉਸ ਵੇਲੇ ਤੱਕ ਤਿੰਨ ਸਿੰਘ ਵੀ ਪਹੁੰਚ ਚੁੱਕੇ ਹਨ, ਕਲਗੀਧਰ ਜੀ ਦੇ ਆਲੇ ਦੁਆਲੇ ਖੜ੍ਹੇ ਹਨ। ਹੁਣ ਜਦੋਂ ਕਲਗੀਧਰ ਜੀ ਦੀ ਅੱਖ ਖੁੱਲ੍ਹਦੀ ਹੈ, ਛੇਤੀ ਨਾਲ ਸਰੀਰ ਨੂੰ ਫੁਰਤੀ 'ਚ ਲਿਆਉਂਦੇ ਹਨ, ਕਿਰਪਾਨ ਦੀ ਮੁੱਠ ਦੇ ਉੱਤੇ ਹੱਥ ਕੱਸਿਆ ਜਾਂਦਾ ਹੈ, ਪਰ ਜਿਹੜੇ ਆਲੇ ਦੁਆਲੇ ਖੜ੍ਹੇ ਹਨ ਉਹਨਾਂ ਦੇ ਹੱਥ ਜੁੜੇ ਹੋਏ ਹਨ। ਉਹ ਦੁਸ਼ਮਣ ਨਹੀਂ ਹਨ, ਉਹ ਤਾਂ ਨਿਮਕੇ ਆਏ ਹਨ, ਉਹ ਤਾਂ ਕਲਗੀਧਰ ਜੀ ਨੂੰ ਲੱਭਦੇ ਆਏ ਹਨ, ਉਹ ਕੁਛ ਦਰਸ਼ਨ ਕਰਨ ਆਏ ਹਨ। ਇਹ ਗੁਲਾਬਾ ਪੰਜਾਬਾ ਕਲਗੀਧਰ ਜੀ ਦੇ ਦਰਸ਼ਨ ਕਰਦੇ ਹੁੰਦੇ ਸੀਗੇ ਅਨੰਦਪੁਰ ਸਾਹਿਬ। ਹੁਣ ਜਦੋਂ ਕਲਗੀਧਰ ਜੀ ਨੇ ਇਹਨਾਂ ਨੂੰ ਦੇਖਿਆ, ਉੱਠ ਕੇ ਬੈਠ ਗਏ, ਇਹਨਾਂ ਨੇ ਦਰਸ਼ਨ ਕੀਤੇ, ਸਿੰਘਾਂ ਨੇ ਨਮਸਕਾਰ ਕੀਤੀ। ਹੁਣ ਪੈਰਾਂ ਦੇ ਵਿੱਚ ਜੋੜਾ ਨਹੀਂ ਹੈ, ਪੈਰਾਂ ਦੇ ਵਿੱਚੋਂ ਖੂਨ ਸਿਮ ਰਿਹਾ ਹੈ। ਸੰਗਤ ਜੀ, ਇਹ ਸ਼ਾਇਦ ਅੱਜ ਜਿਨ੍ਹਾਂ ਦੇ ਘਰ ਵਿੱਚ ਸਾਡੇ 10-10, 20-20 ਜੋੜੇ ਪਏ ਹਨ, ਜਿਹੜੇ ਘਰ ਦੇ ਇੱਕ ਬੈੱਡਰੂਮ ਤੋਂ ਦੂਜੇ ਬੈੱਡਰੂਮ ਤੱਕ ਵੀ ਜੋੜਾ ਪਾ ਕੇ ਜਾਂਦੇ ਹਾਂ, ਉਹਨਾਂ ਲਈ ਇਹ ਸਮਝਣਾ ਸੌਖਾ ਨਹੀਂ ਹੋਏਗਾ ਕਿ ਕਲਗੀਧਰ ਜੀ ਕਿੱਦਾਂ ਨੰਗੇ ਪੈਰੀ ਜੰਗਲ ਬੀਆਬਾਨ ਕੰਢਿਆਂ ਦੇ ਵਿੱਚੋਂ ਚੱਲ ਕੇ ਆਏ ਹੋਣਗੇ। ਪਰ ਕਲਗੀਧਰ ਪਿਤਾ ਜੀ ਦੇ ਪੈਰਾਂ ਵਿੱਚੋਂ ਖੂਨ ਸਿਮ ਰਿਹਾ ਹੈ। ਉਹ ਕਲਗੀਧਰ ਜੀ ਜਿਨ੍ਹਾਂ ਦੇ ਹਰ ਵੇਲੇ ਆਲੇ ਦੁਆਲੇ ਭੀੜ ਲੱਗੀ ਰਹਿੰਦੀ ਸੀ, ਅੱਜ ਉਹ ਇਕੱਲੇ ਸਨ ਬੈਠੇ ਹੋਏ, ਕਿ ਸੋਚੋ ਤਾਂ ਸਹੀ ਉਹ ਸਿੰਘਾਂ ਦੇ ਮਨ ਵਿੱਚ ਕੀ ਚੱਲਦਾ ਹੋਏਗਾ। ਹੁਣ ਇੱਥੋਂ ਫਿਰ ਗੁਲਾਬਾ ਅਰਦਾਸ ਕਰਦਾ ਹੈ, ਕਲਗੀਧਰ ਜੀ ਇੱਥੇ ਖਤਰਾ ਹੈ, ਆਪ ਜੀ ਸਾਡੇ ਘਰ ਵਿੱਚ ਚਰਨ ਪਾਓ। ਉਸ ਵੇਲੇ ਇੱਥੋਂ ਫਿਰ ਕਲਗੀਧਰ ਪਿਤਾ ਜੀ ਨੂੰ ਉਹ ਆਪਣੇ ਘਰ ਲੈ ਗਏ, ਉਹ ਅੱਗੇ ਯਾਤਰਾ ਚੱਲਦੀ ਰਹੇਗੀ। ਇੱਥੇ ਦਾ ਸਥਾਨ ਅੱਜ ਬਹੁਤ ਸੋਹਣਾ ਬਣਿਆ ਹੋਇਆ ਹੈ। ਇਹ ਸਥਾਨ ਪ੍ਰਗਟ ਕਿਵੇਂ ਹੋਇਆ ਅਤੇ ਕਿਵੇਂ ਬਣਿਆ, ਕਲਗੀਧਰ ਜੀ ਦੀ ਕਿੱਦਾਂ ਬਖਸ਼ਿਸ਼ ਹੋਈ, ਉਹ ਤੁਹਾਡੇ ਨਾਲ ਅਗਲੀ ਵੀਡੀਓ ਵਿੱਚ ਸਾਂਝ ਪਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।